ਸੁਖਪਾਲ ਖਹਿਰਾ ਦੇ ਸੰਗਰੂਰ ਤੋਂ ਜਾਣ ਤੋਂ ਬਾਅਦ ਕਾਂਗਰਸ ਦਾ ਇੱਕ ਵੱਡਾ ਚਿਹਰਾ ਖਫਾ ਨਜ਼ਰ ਆ ਰਿਹਾ ਔਰ ਹੁਣ ਇਹ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਕਾਂਗਰਸ ਦੇ ਵਿੱਚ ਇੱਕ ਹੋਰ ਸੰਨ ਲੱਗਣ ਵਾਲੀ ਹੈ। ਬਹੁਤ ਜਲਦੀ ਦੱਸਿਆ ਜਾ ਰਿਹਾ ਕਿ ਕਾਂਗਰਸ ਦਾ ਇੱਕ ਵੱਡਾ ਚਿਹਰਾ ਕਾਂਗਰਸ ਨੂੰ ਛੱਡ ਕੇ ਜਾ ਸਕਦਾ ਹੈ, ਸਿਰਫ ਇਸ ਕਰਕੇ ਕਿਉਂਕਿ ਸੁਖਪਾਲ ਖਹਿਰਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਨੇ। ਸੁਖਪਾਲ ਖਹਿਰਾ ਦੇ ਸੰਗਰੂਰ 'ਚ ਚੋਣ ਲੜਨ ਦੇ ਨਾਲ ਕਿਹੜਾ ਕਾਂਗਰਸੀ ਹੈ ਜਿਹੜਾ ਤੈਸ਼ ਦੇ ਵਿੱਚ ਗੁੱਸੇ 'ਚ ਆ ਸਕਦਾ ਹੈ? ਦਰਅਸਲ ਗੱਲ ਕੀਤੀ ਜਾ ਰਹੀ ਹੈ ਦਲਵੀਰ ਗੋਲਡੀ ਦੀ। ਦਲਵੀਰ ਗੋਲਡੀ ਕਾਂਗਰਸ ਦਾ ਖਾਸ ਕਰਕੇ ਸੰਗਰੂਰ ਲੋਕ ਸਭਾ ਹਲਕੇ ਦਾ ਇੱਕ ਵੱਡਾ ਚਿਹਰਾ ਆ, ਧੂਰੀ ਤੋਂ ਚੋਣ ਲੜ ਚੁੱਕੇ ਨੇ, ਵਿਧਾਨ ਸਭਾ ਚੋਣ ਜਿੱਤੇ ਵੀ ਨੇ, ਪਰ ਲੰਘੀਆਂ ਜ਼ਿਮਨੀ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ। ਜਦੋਂ MP ਦੀਆਂ ਜ਼ਿਮਨੀ ਚੋਣਾਂ ਸੀਗੀਆਂ ਉਸ ਵੇਲੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਲਵੀਰ ਗੋਲਡੀ ਜਿਹੜੇ ਨੇ ਉਹ ਕਾਂਗਰਸ ਦਾ ਇੱਕ ਵੱਡਾ ਚਿਹਰਾ ਨੇ, ਪਰ ਇਸ ਵੇਲੇ ਗੁੱਸੇ 'ਚ ਨਜ਼ਰ ਆ ਰਹੇ ਨੇ, ਤੈਸ਼ 'ਚ ਨਜ਼ਰ ਆ ਰਹੇ ਨੇ। ਸੁਖਪਾਲ ਖਹਿਰਾ ਦੇ ਆਉਣ ਸਾਰ ਉਹਨਾਂ ਨੂੰ ਐਂ ਲੱਗ ਰਿਹਾ ਕਿ ਉਹਨਾਂ ਦੇ ਨਾਲ ਧੋਖਾ ਹੋਇਆ ਹੈ, ਉਹ ਠੱਗਿਆ ਮਹਿਸੂਸ ਕਰ ਰਹੇ ਦੱਸਿਆ ਜਾ ਰਿਹਾ। ਦਰਅਸਲ ਦਲਵੀਰ ਗੋਲਡੀ ਨੇ ਆਪਣੇ ਅਤੇ ਆਪਣੀ ਪਤਨੀ ਦੇ ਵਾਸਤੇ ਦਾਅਵੇਦਾਰੀ ਜਿਹੜੀ ਹੈ ਇਸ ਸੀਟ ਦੇ ਉੱਤੇ ਕੀਤੀ ਸੀ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਸੀ, ਇਹਨਾਂ ਨੇ ਮੰਗ ਕੀਤੀ ਸੀ, ਔਰ ਜਿਸ ਵਾਸਤੇ ਉਹਨਾਂ ਨੇ ਐਪਲੀਕੇਸ਼ਨ ਵੀ ਭਰੀ ਸੀ, ਪਰ ਦੋਵਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਦੇ ਉੱਤੇ ਸੁਖਪਾਲ ਖਹਿਰਾ ਨੂੰ ਇਹ ਸੀਟ ਦੇ ਦਿੱਤੀ ਗਈ, ਜਿਸ ਤੋਂ ਦਲਵੀਰ ਗੋਲਡੀ ਖਾਸੇ ਖਫਾ ਦੱਸੇ ਜਾ ਰਹੇ ਨੇ। ਦਰਅਸਲ ਉਮੀਦਵਾਰ ਲਾਣੇ ਜਾਣ ਤੋਂ ਪਹਿਲਾਂ ਦਲਵੀਰ ਗੋਲਡੀ ਅਤੇ ਉਹਨਾਂ ਦੇ ਪਤਨੀ ਜਿਹੜੇ ਨੇ ਉਹ ਪੂਰੇ ਹਲਕੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਲੋਕਾਂ 'ਚ ਵਿਚਰ ਰਹੇ ਸੀ, ਲੋਕਾਂ ਨਾਲ ਗੱਲਬਾਤ ਕਰ ਰਹੇ ਸੀ, ਯਾਨੀ ਕਿ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਦਲਵੀਰ ਗੋਲਡੀ ਹੀ ਇੱਥੋਂ ਉਮੀਦਵਾਰ ਐਲਾਨੇ ਜਾਣਗੇ ਜਾਂ ਫਿਰ ਉਹਨਾਂ ਦੀ ਪਤਨੀ ਨੂੰ ਐਲਾਨ ਦਿੱਤਾ ਜਾਵੇਗਾ। ਪਰ ਦਲਵੀਰ ਗੋਲਡੀ ਦੀ ਥਾਂ ਦੇ ਉੱਤੇ, ਉਹਨਾਂ ਦੀ ਪਤਨੀ ਦੀ ਥਾਂ ਦੇ ਉੱਤੇ ਸੁਖਪਾਲ ਖਹਿਰਾ ਨੂੰ ਲਿਆਂਦਾ ਗਿਆ ਔਰ ਉੱਥੇ ਖੜਿਆਂ ਕਰ ਦਿੱਤਾ ਗਿਆ। ਹੁਣ ਚਰਚਾਵਾਂ ਇਹ ਨੇ ਕਿ ਸੁਖਪਾਲ ਖਹਿਰਾ ਦੇ ਖਿਲਾਫ ਦਲਵੀਰ ਗੋਲਡੀ ਕੋਈ ਨਾ ਕੋਈ ਐਕਸ਼ਨ ਕਰ ਸਕਦੇ ਨੇ। ਕਾਂਗਰਸ 'ਚ ਰਹਿੰਦਿਆਂ ਹੋਇਆਂ ਕਈ ਵਾਰ ਲੀਡਰ ਇੰਨੇ ਤੈਸ਼ 'ਚ ਹੁੰਦੇ ਨੇ ਕਿ ਆਪਣੀ ਪਾਰਟੀ 'ਚ ਰਹਿੰਦਿਆਂ ਰਹਿੰਦਿਆਂ ਵੀ ਉਹ ਬਾਗੀ ਹੋ ਜਾਂਦੇ ਨੇ, ਪਰ ਜੇ ਬਾਗੀ ਹੋਣਾ ਹੀ ਹੋਵੇ ਤਾਂ ਪਾਰਟੀ ਛੱਡ ਵੀ ਸਕਦੇ ਨੇ। ਇਸ ਵੇਲੇ ਅਦਲਾ ਬਦਲੀ ਦਾ ਮਾਹੌਲ ਹੈ, ਇਸ ਵੇਲੇ ਕਿਆਸਰਾਈਆਂ ਲੱਗ ਰਹੀਆਂ ਕਿ ਦਲਵੀਰ ਗੋਲਡੀ ਹੋ ਸਕਦਾ ਕਿ ਪਾਰਟੀ ਛੱਡਣ ਨੂੰ ਵੀ ਤਿਆਰ ਹੋ ਜਾਣ, ਦਲਵੀਰ ਗੋਲਡੀ ਪਾਰਟੀ ਛੱਡ ਸਕਦੇ ਨੇ, ਇਹਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ। ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੋਇਆ ਆ। ਆਮ ਆਦਮੀ ਪਾਰਟੀ ਦੇ ਵੱਲੋਂ ਕੈਬਨਿਟ ਮਿਨਿਸਟਰ ਗੁਰਮੀਤ ਸਿੰਘ ਮੀਤਹੇਅਰ ਉੱਥੇ ਮੌਜੂਦ ਨੇ, ਔਰ ਦੂਜੇ ਪਾਸੇ ਹੁਣ ਜਿਹੜੀ ਪਾਰਟੀ ਬਚੀ ਹੈ ਉਹ ਭਾਜਪਾ ਬਚੀ ਹੋਈ ਹੈ। ਭਾਜਪਾ ਦੇ ਵੱਲੋਂ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ, ਇਸ ਲਈ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਦਲਵੀਰ ਗੋਲਡੀ ਭਾਜਪਾ ਵੱਲ ਦਾ ਰੁੱਖ ਕਰ ਸਕਦੇ ਨੇ। ਖੈਰ ਇਸ ਮਸਲੇ ਨੂੰ ਲੈ ਕੇ ਜੇ ਗੱਲ ਕਰੀਏ ਦਲਵੀਰ ਗੋਲਡੀ ਦੀ, ਸੰਗਰੂਰ ਦੀ ਫਿਲਹਾਲ ਪੱਤਰਕਾਰਾਂ ਦਾ ਕਹਿਣਾ ਹੈ ਕਿ ਦਲਵੀਰ ਗੋਲਡੀ ਦੇ ਘਰ ਖਾਸਾ ਜਮਾਵੜਾ ਲੱਗਿਆ ਹੋਇਆ। ਦਲਵੀਰ ਗੋਲਡੀ ਕੋਈ ਐਵੇਂ ਉੱਠਿਆ ਨਾਮ ਨਹੀਂ ਹੈ, ਸਗੋਂ ਦਲਵੀਰ ਗੋਲਡੀ ਦਾ ਆਪਣਾ ਰਸੂਖ ਇਸ ਹਲਕੇ ਦੇ ਵਿੱਚ ਹੈਗਾ, ਧੂਰੀ ਹਲਕੇ ਦੇ ਵਿੱਚ ਖਾਸ ਕਰਕੇ ਉਹਨਾਂ ਦਾ ਰਸੂਖ ਹੈਗਾ ਹੈ। ਉਹਨਾਂ ਦੇ ਨਾਲ ਉਹਨਾਂ ਦੇ ਵਰਕਰ ਨੇ, ਉਹ ਵਰਕਰ ਸਾਰੇ ਜਿਹੜੇ ਦਲਵੀਰ ਗੋਲਡੀ ਦੇ ਘਰ ਇਕੱਠੇ ਹੋਏ ਹੋਏ ਨੇ। ਫਿਲਹਾਲ ਦਲਵੀਰ ਗੋਲਡੀ ਪੱਤਰਕਾਰਾਂ ਨਾਲ ਗੱਲ ਤਾਂ ਨਹੀਂ ਕਰ ਰਹੇ, ਪਰ ਉਹ ਆਪਣੇ ਵਰਕਰਾਂ ਦੇ ਨਾਲ ਜ਼ਰੂਰ ਮੀਟਿੰਗਸ ਕਰ ਰਹੇ ਨੇ। ਇੱਥੋਂ ਤੱਕ ਸੁਣਿਆ ਗਿਆ ਕਿ ਉਹਨਾਂ ਦੇ ਵਰਕਰਸ ਕਹਿ ਰਹੇ ਨੇ ਕਿ ਉਹਨਾਂ ਦਾ ਸਾਥ ਦੇਣਗੇ, ਪਰ ਕੀ ਜੇ ਦਲਵੀਰ ਗੋਲਡੀ ਦਾ ਸਾਥ ਦੇਣਗੇ ਤਾਂ ਕਾਂਗਰਸ ਦੇ ਵੱਲੋਂ ਜਿਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੁਖਪਾਲ ਖਹਿਰਾ, ਉਹਨਾਂ ਦਾ ਸਾਥ ਨਹੀਂ ਦਿੱਤਾ ਜਾਵੇਗਾ? ਸਵਾਲ ਇੱਥੇ ਖੜ੍ਹਦੇ ਨੇ। ਔਰ ਕੀ ਦਲਵੀਰ ਗੋਲਡੀ ਨੂੰ ਜਿਵੇਂ ਹੁਣ ਉਹ ਠੱਗਿਆ ਮਹਿਸੂਸ ਕਰ ਰਹੇ ਨੇ, ਉਹਨਾਂ ਨੂੰ ਕੋਈ ਹੋਰ ਰਾਹ ਵਿਕਲਪ ਲੱਭਣਾ ਪਵੇਗਾ, ਦੇਖਣਾ ਹੋਵੇਗਾ ਦਲਵੀਰ ਗੋਲਡੀ ਦਾ ਅਗਲਾ ਪਲਾਨ ਕੀ ਹੋਵੇਗਾ? ਦਰਅਸਲ ਵਰਕਰਾਂ ਦੇ ਨਾਲ ਰਲ ਕੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ, ਲਗਾਤਾਰ ਵਰਕਰਾਂ ਨਾਲ ਰਲ ਕੇ ਪ੍ਰੋਗਰਾਮ ਬਣਾਇਆ ਜਾ ਰਿਹਾ, ਕਿਉਂਕਿ ਹੁਣ ਆਖਰੀ ਵਿਕਲਪ ਜਿਹੜਾ ਰਹਿੰਦਾ ਆ ਦਲਵੀਰ ਗੋਲਡੀ ਦਾ ਉਹ ਭਾਜਪਾ ਰਹਿੰਦਾ ਆ, ਕਿਉਂਕਿ ਭਾਜਪਾ ਦੇ ਵੱਲੋਂ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ। ਹੋ ਸਕਦਾ ਕਿ ਦਲਵੀਰ ਗੋਲਡੀ ਭਾਜਪਾ ਦਾ ਰੁੱਖ ਕਰ ਲੈਣ, ਕਾਂਗਰਸ ਨੂੰ ਇੱਕ ਵੱਡਾ ਝਟਕਾ ਜਿਹੜਾ ਹੋਰ ਲੱਗ ਸਕਦਾ। ਇਹਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਪਈਆਂ ਨੇ। ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਾਂਗਰਸ ਵਾਸਤੇ ਇਹਨੇ ਦੱਸਿਆ ਜਾ ਸਕਦਾ, ਜੋ ਵੀ ਹੋਏਗਾ ਦੱਸਦੇ ਰਵਾਂਗੇ। ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।